ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋਗੇ ਤੰਦਰੁਸਤ ਹੋਗੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਗੇ ਅੱਜ ਦਾ ਜਿਹੜਾ ਵੀਡੀਓ ਹੈ ਉਹ ਜਿਹੜਾ ਕੇਸ ਹੋਇਆ ਹੈ ਮੱਧਭਾਗੀ ਘਟਨਾ ਜਿਹੜੀ ਸਾਡੇ ਪੰਜਾਬ ਦੇ ਵਿੱਚ ਵਾਪਰੀ ਹੈ ਲਵਪ੍ਰੀਤ ਦੀ ਮੁੰਡੇ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ ਫਰੈਸਟ੍ਰੇਸ਼ਨ ਇਹ ਫੀਲਿੰਗ ਦੇ ਨਾਲ ਮੇਰੇ ਨਾਲ ਧੋਖਾ ਹੋ ਰਿਹਾ ਇਹ ਫੀਲਿੰਗ ਦੇ ਨਾਲ ਮੇਰਾ ਅੱਗੇ ਕੁਛ ਨਹੀਂ ਬਣ ਰਿਹਾ ਮੇਰਾ ਅੱਗੇ ਫਿਊਚਰ ਕੁਛ ਨਹੀਂ ਹੈ ਸਾਡੇ ਕੋਲ ਜੋ ਸੀ ਉਹ ਰੁੜ ਗਿਆ ਜਾਂ ਮੈਂ ਅੱਗੇ ਕੁਛ ਸ਼ਾਇਦ ਨਾ ਕਰ ਪਾਵਾਂ ਮੇਰਾ ਵੱਸ ਨਹੀਂ ਚੱਲ ਰਿਹਾ ਉਹਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਕੁਛ ਦਿਨ ਪਹਿਲੇ ਮੈਂ ਆਪ ਲਵਪ੍ਰੀਤ ਦੇ ਘਰ ਗਿਆ ਸੀਗਾ ਉਸ ਘਰ ਦੇ ਹਾਲਾਤ ਦੇਖ ਕਰਕੇ ਪੈਰਾਂ ਥੱਲੇ ਜ਼ਮੀਨ ਨਿਕਲਦੀ ਸੀ ਦੇਖ ਨਹੀਂ ਸੀ ਹੋ ਰਿਹਾ ਕਿ ਦੋ ਭੈਣਾਂ ਦਾ ਭਰਾ ਆਪਣੀ ਜ਼ਿੰਦਗੀ ਨੂੰ ਖਤਮ ਕਰਕੇ ਇਸ ਦੁਨੀਆ ਤੋਂ ਚਲਾ ਗਿਆ ਮਾਂ ਬਾਪ ਇਹ ਚੀਜ਼ ਕਹਿ ਰਹੇ ਕਿ ਕਿਹੜਾ ਮਾੜਾ ਸਮਾਂ ਸੀ ਜਦੋਂ ਕਨੇਡਾ ਜਾਣ ਬਾਰੇ ਸੋਚਿਆ ਜਦੋਂ ਇਹ ਵਿਚਾਰ ਵੀ ਦਿਮਾਗ ਦੇ ਵਿੱਚ ਆਇਆ ਕਿਹੜਾ ਮਾੜਾ ਸਮਾਂ ਸੀ ਜਦੋਂ ਕਿਸੇ 'ਤੇ ਵਿਸ਼ਵਾਸ ਕੀਤਾ ਅੱਜ ਤੱਕ ਤੁਸੀਂ ਸੁਣਿਆ ਹੋਏਗਾ ਕਿ ਏਜੰਟਾਂ ਨੇ ਬੜੇ ਧੋਖੇ ਕੀਤੇ ਏਜੰਟ ਨੇ ਜੀ ਵੀਜ਼ਾ ਰਿਫਿਊਜ਼ ਕਰਾ ਲਿਆ ਪੈਸੇ ਠੱਗ ਲਏ ਲਵਪ੍ਰੀਤ ਦੇ ਕੇਸ ਤੋਂ ਬਾਅਦ ਇੱਕ ਨਹੀਂ ਹਜ਼ਾਰਾਂ ਕੇਸਿਸ ਉੱਠਣੇ ਸ਼ੁਰੂ ਹੋ ਗਏ ਔਰ ਮੈਂ ਆਪਣਾ ਵਟਸਐਪ ਨੰਬਰ ਦਿੱਤਾ ਸੀਗਾ 997-7x5 ਕਿ ਕਿਸੇ ਵੀ ਬੰਦੇ ਦੇ ਨਾਲ ਇੱਦਾਂ ਦੀ ਕੋਈ ਚੀਜ਼ ਹੋ ਰਹੀ ਹੈ ਸਪੈਸ਼ਲੀ ਮੈਰਿਡ ਕੇਸਿਸ ਕਿ ਉਹਨਾਂ ਨੂੰ ਇਹ ਫੀਲਿੰਗ ਹੈ ਕਿ ਉਹਨਾਂ ਦਾ ਵੱਸ ਨਹੀਂ ਚੱਲ ਪਾ ਰਿਹਾ ਉਹਨਾਂ ਨੂੰ ਅੱਗੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹਾਰੇ ਦਿਸਦੇ ਪਏ ਹੈ ਠੱਗੇ ਦਿਸਦੇ ਪਏ ਹੈ ਉਹ ਆਪਣੀ ਸਟੋਰੀ ਲਿਖ ਕਰਕੇ ਮੈਨੂੰ ਵਟਸਐਪ ਕਰ ਸਕਦੇ ਹੈ ਐਂਡ ਜੇ ਉਹਨਾਂ ਦੀ ਸੱਚਾਈ ਹੋਏਗੀ ਤਾਂ ਮੈਂ ਉਹਨਾਂ ਦੀ ਆਵਾਜ਼ ਜ਼ਰੂਰ ਚੱਕਾਂਗਾ ਔਰ ਇਹ ਚੀਜ਼ ਮੈਂ ਲਵਪ੍ਰੀਤ ਦੇ ਘਰ ਪ੍ਰੋਮਿਸ ਕਰਕੇ ਆਇਆ ਔਰ ਤੁਹਾਡੇ ਨਾਲ ਵੀ ਇਹ ਚੀਜ਼ ਅੱਜ ਇੱਥੇ ਆਪਣੇ ਮੰਚ ਤੋਂ ਵਾਅਦਾ ਦੇ ਰਿਹਾ ਕੋਈ ਵੀ ਪੰਜਾਬ ਦੇ ਵਿੱਚ ਕੇਸ ਕੋਈ ਵੀ ਚਾਹੇ ਉਹ ਕੁੜੀ ਦਾ ਚਾਹੇ ਉਹ ਮੁੰਡੇ ਦਾ ਕੋਈ ਵੀ ਬੰਦੇ ਦੇ ਨਾਲ ਕੋਈ ਧੱਕਾ ਹੋ ਰਿਹਾ ਧੋਖਾ ਹੋ ਰਿਹਾ ਮੈਂ ਉਹਦੀ ਬਾਂਹ ਜ਼ਰੂਰ ਫੜਾਂਗਾ ਔਰ ਉਹਦੇ ਲਈ ਕੰਮ ਜ਼ਰੂਰ ਕਰਾਂਗਾ ਕਿ ਅਗਲੇ ਬੰਦੇ ਨੂੰ ਇਨਸਾਫ ਮਿਲ ਸਕੇ ਚਾਹੇ ਉਹ ਲੋਕਲ ਲੈਵਲ ਦੇ ਉੱਤੇ ਪ੍ਰਸ਼ਾਸਨ ਦੇ ਨਾਲ ਮੀਡੀਆ ਦੀ ਸਪੋਰਟ ਦੇ ਨਾਲ ਚਾਹੇ ਆਪਣੀ 18 ਸਾਲ ਦੇ ਤਜਰਬੇ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਅਗਲੇ ਬੰਦੇ ਨੂੰ ਇਨਸਾਫ ਮਿਲ ਸਕੇ ਤਾਂ ਜੋ ਕੋਈ ਦੂਜਾ ਲਵਪ੍ਰੀਤ ਨਾ ਬਣ ਸਕੇ ਇੱਕ ਉਮੀਦ ਦੋਸਤੋ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿੰਨੀ ਦੇਰ ਤੱਕ ਬੰਦੇ ਨੂੰ ਉਮੀਦ ਨਜ਼ਰ ਆਉਂਦੀ ਹੈ ਨਾ ਉਹ ਤੁਰਦਾ ਰਹਿੰਦਾ ਉਮੀਦ ਜਦੋਂ ਟੁੱਟ ਜਾਂਦੀ ਹੈ ਨਾ ਤਾਂ ਫਿਰ ਬੰਦਾ ਆਪਣੇ ਅੰਦਰੋਂ ਮਰਿਆ ਹੋਇਆ ਮਹਿਸੂਸ ਕਰਦਾ ਉਹਨੂੰ ਐਂ ਲੱਗਦਾ ਕਿ ਮੇਰੀ ਜ਼ਿੰਦਗੀ ਹੁਣ ਖਤਮ ਹੈ ਹੁਣ ਜੀਣ ਦਾ ਫਾਇਦਾ ਨਹੀਂ ਇਹੀ ਮੇਰਾ ਖਿਆਲ ਲਵਪ੍ਰੀਤ ਦੇ ਨਾਲ ਆਇਆ ਮੈਂ ਉਹਨਾਂ ਦੇ ਜਦੋਂ ਘਰ ਗਿਆ ਸੀਗਾ ਮੈਨੂੰ ਇੱਕ ਚੀਜ਼ ਜਿਹੜੀ ਖਿੱਚ ਕੇ ਲੈ ਕੇ ਗਈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਹਰ ਬੰਨੇ ਗੱਲ ਹੋ ਰਹੀ ਸੀ ਡਿਪੋਰਟ ਕਰੋ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰੋ ਟੈਕਨੀਕਲੀ ਜੇਕਰ ਮੈਂ ਕੈਨੇਡਾ ਦੇ ਵਿੱਚ ਹਰ ਇੱਕ ਬੰਦੇ ਦੇ ਇੰਡੀਵਿਜੁਅਲ ਰਾਈਟਸ ਦੀ ਗੱਲ ਕਰ ਲਾਂ ਕਿਸੇ ਦੇ ਕਹੇ ਦੇ ਨਾਲ ਕੋਈ ਚੀਜ਼ ਨਹੀਂ ਹੁੰਦੀ ਜਦ ਤੱਕ ਤੁਹਾਡੇ ਕੋਲ ਕੋਈ ਟੈਕਨੀਕਲ ਚੀਜ਼ ਜਾਂ ਕੋਈ ਇੱਦਾਂ ਦੀ ਚੀਜ਼ ਤੁਸੀਂ ਫਾਇੰਡ ਆਊਟ ਕਰ ਲਓ ਕਿ ਜਿਹੜੀ ਕਿ ਜਿਹਨੂੰ ਅਸੀਂ ਗਲਤੀ ਕਹਿ ਦਿੰਦੇ ਹਾਂ ਉਹ ਗਲਤੀ ਇੰਟੈਂਸ਼ਨਲੀ ਵੀ ਹੋ ਸਕਦੀ ਹੈ ਅਨਇੰਟੈਂਸ਼ਨਲੀ ਵੀ ਹੋ ਸਕਦੀ ਹੈ ਕਿਸੇ ਨੇ ਵੀ ਉਹਦੇ ਬਾਰੇ ਗੱਲ ਨਹੀਂ ਸੀ ਕੀਤੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਉਹ ਵਿਚਾਰੇ ਕੋਲ ਤਾਂ ਕੁੜੀ ਦੇ ਪਾਸਪੋਰਟ ਦੀ ਕਾਪੀ ਤੱਕ ਨਹੀਂ ਸੀ ਹੈਗੀ ਇਹ ਵੀ ਨਹੀਂ ਸੀ ਪਤਾ ਕਿ ਉਹ ਕਿਹੜੇ ਕਾਲਜ ਦੇ ਵਿੱਚ ਗਈ ਸੀਗੀ ਜਦੋਂ ਜਾ ਕੇ ਪੁੱਛਿਆ ਕਿ ਭਈ ਇਹ ਕਿਹੜੇ ਕਾਲਜ ਗਈ ਸੀ ਕਹਿੰਦੇ ਜੀ ਭਾਅ ਜੀ ਪਤਾ ਨਹੀਂ ਕਿਹੜੇ ਕਾਲਜ ਸੀਗੇ ਇੰਨਾ ਪਤਾ ਕਿ ਵੀ ਇਹ ਕਿੰਗਸਟਨ ਏਰੀਏ ਦੇ ਵਿੱਚ ਸੀਗੇ ਕਿੰਗਸਟਨ ਦੇ ਵਿੱਚ ਤਾਂ ਇੱਕੋ ਹੀ ਕਾਲਜ ਹੈ ਸੇਂਟ ਲਾਰੈਂਸ ਕਾਲਜ ਕਿੱਥੋਂ ਆਪਣੀ ਫਾਈਲ ਲਗਾਈ ਸੀ ਜੀ ਇੱਥੋਂ ਫਾਈਲ ਲਗਾਈ ਸੀ ਮੇਰਾ ਖਿਆਲ ਹੈ ਅੱਧਾ ਘੰਟਾ ਲੱਗਾ ਸਾਰੀ ਡਾਕੂਮੈਂਟੇਸ਼ਨ ਉਹ ਇਕੱਠੀ ਕਰਨ ਲੱਗਿਆ ਉਹਨੇ 10ਵੀਂ ਕਦੋਂ ਕੀਤੀ 12ਵੀਂ ਕਦੋਂ ਕੀਤੀ ਅਤੇ ਉਹਦੇ ਪਾਸਪੋਰਟ ਦੀ ਕਾਪੀ ਉਹ ਸਾਰੀਆਂ ਚੀਜ਼ਾਂ ਪਰਿਵਾਰ ਨੂੰ ਉੱਥੇ ਹੀ ਦੇ ਦਿੱਤੀਆਂ ਗਈਆਂ
ਤੁਹਾਨੂੰ ਸਾਰਿਆਂ ਨੂੰ ਵੀ ਦੱਸ ਦਿੰਦਾ, ਸੇਂਟ ਲਾਰੈਂਸ ਕਾਲਜ ਦੇ ਵਿੱਚ ਕੁੜੀ ਪੜ੍ਹਨ ਲਈ ਗਈ ਸੀ 2018 ਸਪਟੰਬਰ ਬੈਚ ਦੇ ਵਿੱਚ 2 ਸਾਲ ਦਾ ਪ੍ਰੋਗਰਾਮ ਕਰਨ ਵਾਸਤੇ। ਕਿ ਵੀ ਹੋਇਆ ਕੀ ਸੀ ਇਸ ਕੇਸ ਦੇ ਵਿੱਚ? ਇਸ ਕੇਸ ਜਿੱਦਾਂ ਕਿ ਇੱਕ ਆਮ ਕੋਈ ਵੀ ਬੰਦਾ ਕੋਈ ਵੀ ਪਰਿਵਾਰ ਸੋਚਦਾ ਕਿ ਬੱਚੇ ਵੱਡੇ ਹੋ ਗਏ ਇਹਨਾਂ ਦਾ ਵਿਆਹ ਕਰ ਦਈਏ। ਰਿਸ਼ਤਾ ਲੈ ਕੇ ਗਏ ਕੁੜੀ ਵਾਲਿਆਂ ਤੋਂ, ਹੋਇਆ ਕਿ ਕੁੜੀ ਦੀ ਆਫਰ ਲੈਟਰ ਆਈ ਹੈ, ਅਸੀਂ ਤਾਂ ਕੁੜੀ ਨੂੰ ਬਾਹਰ ਭੇਜਣ ਦਾ ਸੋਚ ਰਹੇ ਹਾਂ। ਕਹਿੰਦੇ ਕੋਈ ਗੱਲ ਨਹੀਂ ਜੀ, ਜੇ ਤੁਸੀਂ ਬਾਹਰ ਭੇਜਣ ਦਾ ਸੋਚ ਰਹੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਬੱਚੇ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਿਤਾ ਲਈਏ। ਇਹ ਵੀ ਇੱਕ ਮੇਰਾ ਮੁੱਦਾ ਸੀਗਾ ਕਿ ਇੱਕ ਗੱਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਆ ਰਹੀ, 24 ਲੱਖ ਲਾ ਕੇ ਭੇਜਿਆ, 24 ਲੱਖ ਲਾ ਕੇ ਭੇਜਿਆ। ਉਹ ਸੁਣਨ ਨੂੰ ਇਹ ਲੱਗ ਰਿਹਾ ਸੀ ਕਿ ਪੈਸੇ ਦੀ ਠੱਗੀ ਵੱਜ ਗਈ, ਸ਼ਾਇਦ ਇਹ ਕੰਟਰੈਕਟ ਮੈਰਿਜ ਹੈ। ਹਫ਼ਤਾ 10 ਦਿਨ ਮੈਂ ਦੇਖਿਆ ਵੀ ਨਹੀਂ। ਉਹਦੇ ਚਾਚੇ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਦੇ ਨਾਲ ਇੱਕ ਟੀਵੀ ਚੈਨਲ ਦੇ ਜ਼ਰੀਏ ਰੂਬਰੂ ਹੋਇਆ ਔਰ ਮੈਂ ਉਹਨਾਂ ਨੂੰ ਇੱਕੋ ਸਵਾਲ ਪੁੱਛਿਆ ਸੀ ਕਿ ਵੀ ਇਹ ਕੰਟਰੈਕਟ ਮੈਰਿਜ ਸੀ ਕਿ ਜੈਨੂਇਨ ਮੈਰਿਜ ਸੀ। ਕਹਿੰਦੇ ਜੀ ਕੰਟਰੈਕਟ ਨਹੀਂ, ਜੈਨੂਇਨ ਮੈਰਿਜ ਸੀ। ਮੈਂ ਕਿਹਾ ਓਕੇ, ਵਿਆਹ ਕਦੋਂ ਹੋਇਆ? ਕਹਿੰਦੇ ਜੀ 7 ਅਗਸਤ 2019 ਨੂੰ ਵਿਆਹ ਆ। ਜੀ ਕੁੜੀ ਵਾਪਸ ਕਦੋਂ ਗਈ? 17 ਅਗਸਤ 2019 ਨੂੰ ਗਈ। 7 ਅਗਸਤ 2019 ਨੂੰ ਵਿਆਹ ਆ, 17 ਅਗਸਤ 2019 ਨੂੰ ਕੁੜੀ ਗਈ। ਮੇਰਾ ਸਵਾਲ ਸੀ 10 ਦਿਨ ਕੁੜੀ ਕਿੱਥੇ ਰਹੀ? ਲਵਪ੍ਰੀਤ ਦੇ ਨਾਲ ਮੈਂ ਕਿਹਾ ਮਾਫ਼ੀ ਚਾਹੁੰਦਾ, ਖੁੱਲ੍ਹੇਆਮ ਨੰਗੇ ਸ਼ਬਦ ਯੂਜ਼ ਕਰ ਰਿਹਾ ਕਿ ਕੁੜੀ ਮੁੰਡਾ ਇੱਕੋ ਕਮਰੇ ਸੌਂਦੇ ਰਹੇ। ਕਹਿੰਦੇ ਹਾਂਜੀ ਜੀ, ਇਕੱਠੇ ਇੱਕੋ ਕਮਰੇ ਸੌਂਦੇ ਰਹੇ। ਇੱਥੇ ਲਾਡੀ ਦੇ ਕਮਰੇ 'ਚ ਕੁੜੀ ਰਹੀ, ਅਸੀਂ ਆਪ ਉਹਨੂੰ ਏਅਰਪੋਰਟ ਚੜਾ ਕੇ ਆਏ ਸੀ ਔਰ ਕੁੜੀ ਦਾ ਫਾਦਰ ਵੀ ਸਾਡੇ ਨਾਲ ਗਿਆ ਸੀਗਾ। ਐਂਡ ਉਹੀ ਚੀਜ਼ ਉਹਦੇ ਫਾਦਰ ਨੇ ਵੀ ਇੱਕ ਵੀਡੀਓ ਦੇ ਵਿੱਚ ਕਨਫਰਮ ਕੀਤੀ। ਸੋ ਕੋਈ ਵੀ ਬੋਲ ਇੱਦਾਂ ਦੇ ਨਹੀਂ ਕਿ ਜਿਹੜੇ ਕੁੜੀ ਵਾਲੀ ਸਾਈਡ ਔਰ ਮੁੰਡੇ ਵਾਲੀ ਸਾਈਡ ਸਟੇਟਮੈਂਟ ਮੈਚ ਨਾ ਕਰਦੇ ਹੋ, ਦੋਵਾਂ ਦੀਆਂ ਸਟੇਟਮੈਂਟਸ ਮੈਚ ਕਰ ਰਹੀਆਂ। ਸੋ ਦੈਟ ਮੀਨਸ ਇਹ ਕੰਟਰੈਕਟ ਨਹੀਂ, ਇਹ ਜੈਨੂਇਨ ਵਿਆਹ ਸੀ। ਇਹ ਵਿਆਹ ਬਾਹਰ ਜਾਣ ਦੇ ਲਾਲਚ ਦੇ ਵਿੱਚ ਵੀ ਨਹੀਂ ਸੀ। ਜਦੋਂ ਮੁੰਡੇ ਵਾਲਿਆਂ ਨੇ ਕੁੜੀ ਦੀ ਦੱਸ ਪਾਈ ਤਾਂ ਕੁੜੀ ਵਾਲਿਆਂ ਨੇ ਦੱਸਿਆ ਕਿ ਜੀ ਅਸੀਂ ਕੁੜੀ 'ਤੇ ਬਾਹਰ ਭੇਜਣ ਦੀ ਤਿਆਰੀ ਕਰ ਰਹੇ ਹਾਂ। ਮੁੰਡੇ ਨੇ ਕਿਹਾ ਓਕੇ, ਮੁੰਡੇ ਵਾਲਿਆਂ ਨੇ ਕਿਹਾ ਠੀਕ ਹੈ, ਦੋਵੇਂ ਬੱਚੇ ਚੱਲ ਜਾਣਗੇ, ਅਸੀਂ ਬੈਠੇ ਹਾਂ, ਅਸੀਂ ਧੀ ਬਣਾ ਕੇ ਲੈ ਕੇ ਆਵਾਂਗੇ। ਹੁਣ ਸੀਰੀਜ਼ ਆਫ ਈਵੈਂਟ ਦੀ ਅਸੀਂ ਗੱਲ ਕਰਦੇ ਹਾਂ। ਸਪਟੈਂਬਰ 2018 'ਚ ਸੇਂਟ ਲਾਰੈਂਸ ਕਾਲਜ ਦੇ ਵਿੱਚ ਕੰਪਿਊਟਰ ਨੈਟਵਰਕਿੰਗ ਦਾ ਕੋਰਸ ਕਰਨ ਵਾਸਤੇ ਇਹ ਕੁੜੀ ਉੱਥੇ ਗਈ। 2 ਸਾਲ ਦਾ ਕੋਰਸ ਸੀਗਾ, ਅਗਸਤ 2020 'ਚ ਇਹ ਕੋਰਸ ਖਤਮ ਹੋਣਾ ਸੀਗਾ। ਕਿਉਂਕਿ ਵਿੱਚ ਨਾ ਲੋਕਡਾਊਨ ਦੀਆਂ ਵੀ ਬੜੀਆਂ ਗੱਲਾਂ ਹੋ ਰਹੀਆਂ ਕਿ ਲੋਕਡਾਊਨ ਕਰਕੇ ਕੁੜੀ ਫਾਈਲ ਨਹੀਂ ਲਾ ਪਾ ਰਹੀ। ਸੋ ਇਸ ਕਰਕੇ ਮੈਂ ਡੇਟਸ ਦੱਸ ਰਿਹਾ, 2018 ਤੋਂ 2020 ਅਗਸਤ ਤੱਕ ਇਹਦਾ ਕੋਰਸ ਸੀਗਾ 2 ਸਾਲ ਦਾ। ਸਪਟੈਂਬਰ 2018 'ਚ ਕੁੜੀ ਬਾਹਰ ਚਲੀ ਗਈ। ਪੂਰੇ 1 ਸਾਲ ਬਾਅਦ 5 ਅਗਸਤ 2019 ਨੂੰ ਕੁੜੀ ਇੰਡੀਆ ਵਾਪਸ ਆਈ। 7 ਅਗਸਤ 2019 ਨੂੰ ਕੁੜੀ ਔਰ ਮੁੰਡੇ ਦਾ ਆਨੰਦ ਕਾਰਜ ਹੋਇਆ, ਬੜੇ ਵਧੀਆ ਇੱਕ ਰਿਜ਼ੋਰਟ ਦੇ ਵਿੱਚ ਪਾਰਟੀ ਹੋਈ, ਪ੍ਰੋਪਰ ਪਾਰਟੀ। 7 ਅਗਸਤ ਨੂੰ ਕੁੜੀ ਦੀ ਡੋਲੀ ਘਰੇ ਆਈ ਧਨੌਲੇ ਪਿੰਡ। ਉਹਦੇ ਬਾਅਦ 'ਚੋਂ ਇਹ ਕੁੜੀ ਮੁੰਡਾ ਦੋਵੇਂ ਜਣੇ ਘੁੰਮਣ ਫਿਰਨ ਲਈ ਵੀ ਗਏ, ਚੰਡੀਗੜ੍ਹ ਵੀ ਆਏ, ਹੋਰ ਜਗ੍ਹਾ ਦੇ ਉੱਤੇ ਵੀ ਗਏ, ਜਿਹੜੀਆਂ ਫੋਟੋਆਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਾਰੇ ਲੋਕ ਦੇਖ ਰਹੇ ਹੋਵੋਗੇ। 17 ਅਗਸਤ 10 ਦਿਨ ਇਕੱਠੇ ਰਹਿਣ ਤੋਂ ਬਾਅਦ ਕੁੜੀ ਨੇ ਕਿਹਾ ਮੈਨੂੰ ਛੁੱਟੀ ਨਹੀਂ ਮਿਲਦੀ, ਮੇਰੀ ਪੜ੍ਹਾਈ ਖਰਾਬ ਹੋ ਜਾਏਗੀ। ਕੋਈ ਲੋਕਡਾਊਨ ਨਹੀਂ ਸੀ, ਕੋਈ ਕਰੋਨਾ ਨਹੀਂ ਸੀ। ਕੁੜੀ 17 ਅਗਸਤ 2019 ਨੂੰ ਵਾਪਸ ਚਲੀ ਗਈ। ਵਾਪਸ ਜਾਣ ਤੋਂ ਬਾਅਦ ਜਦੋਂ ਤੱਕ ਮੁੰਡੇ ਦੀ ਡੈਥ ਨਹੀਂ ਹੋਈ ਔਰ ਅੱਜ ਤੱਕ ਐਜ਼ ਵੀ ਟਾਕ ਕੁੜੀ ਇੰਡੀਆ ਵਾਪਸ ਨਹੀਂ ਆਈ। ਨੰਬਰ 1। ਨੰਬਰ 2, ਵਟਸਐਪ ਚੈਟ ਸਾਫ਼ ਦੱਸਦੀ ਹੈ ਕਿ ਮੁੰਡਾ ਵਿਚਾਰਾ ਤਰਲਿਆਂ 'ਤੇ ਉਤਰਿਆ, ਕੁੜੀ ਨੂੰ ਤੁਸੀਂ ਤੁਸੀਂ ਕਰਕੇ ਗੱਲ ਕਰ ਰਿਹਾ ਐਂਡ ਉਹ ਤੂੰ ਤੜਕ ਕਰਕੇ ਗੱਲ ਕਰ ਰਹੀ ਹੈ। ਇੱਕ ਚੈਟ ਪੜ੍ਹ ਕੇ ਅਤੇ ਇੱਕ ਮੈਸੇਜਿਸ ਪੜ੍ਹ ਕੇ ਤਾਂ ਮੈਨੂੰ ਵੀ ਮਤਲਬ ਕਹਿ ਲਓ ਕਿ ਦਿਮਾਗ ਹੀ ਖਰਾਬ ਹੋ ਗਿਆ। ਮੇਰੀ ਵਾਈਫ ਮੇਰੇ ਨਾਲ ਆਹ ਚੀਜ਼ ਮੈਨੂੰ ਕਹੇ ਤਾਂ ਮੈਂ ਪਤਾ ਨਹੀਂ ਮਤਲਬ ਆਪਾਂ ਹੀ ਖੋ ਜਾਵਾਂਗਾ ਕਿ ਮੈਨੂੰ ਤੁਸੀਂ ਮੰਡੇ ਤੱਕ ਫੋਨ ਨਾ ਕਰਿਓ, ਵੀਕਐਂਡ ਪੂਰੇ 'ਤੇ ਮੈਨੂੰ ਫੋਨ ਨਾ ਕਰਿਓ ਕਿ ਜੀ ਮੈਂ ਕਿਤੇ ਜਾਣਾ। ਕਿਹਾ ਜੀ ਓਕੇ। ਅੱਗੋਂ ਮੁੰਡਾ ਵਿਚਾਰਾ ਸਾਊ ਰਿਪਲਾਈ ਕਰਦਾ ਪਿਆ ਕਿ ਚਲੋ ਪੁੱਤਰ ਠੀਕ ਹੈ, ਕੋਈ ਗੱਲ ਨਹੀਂ, ਮੈਂ ਨਹੀਂ ਫੋਨ ਕਰਾਂਗਾ। ਹੁਣ ਇਹਦੇ 'ਚ ਅੱਜ ਮੰਗ ਕੀਤੀ ਜਾ ਰਹੀ ਹੈ ਡਿਪੋਰਟ ਕਰੋ, ਡਿਪੋਰਟ ਕਰੋ, ਡਿਪੋਰਟ ਕਰੋ। ਐਰਰਸ ਕੀ ਹੈ, ਐਰਰਸ ਕੀ ਹੋ ਸਕਦੇ, ਉਹ 'ਤੇ ਗੱਲ ਕਰਦੇ ਹਾਂ। ਬਟ ਇਹ ਸਾਰਾ ਮਸਲਾ ਹੋਇਆ, ਇਹਦਾ ਰੀਜ਼ਨ ਕੀ ਹੈ, ਸਾਨੂੰ ਸਮਾਜਿਕ ਤੌਰ ਦੇ ਉੱਤੇ ਇਹਨੂੰ ਦੇਖਣ ਦੀ ਵੀ ਜ਼ਰੂਰਤ ਹੈ ਕਿ ਇਹ ਚੀਜ਼ ਹੋਰ ਕਿਸੇ ਦੇ ਨਾਲ ਨਾ ਹੋ ਸਕੇ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਚੀਜ਼ 'ਤੇ ਗੌਰ ਜ਼ਰੂਰ ਫਰਮਾਇਓ।
बच्चे जदों इत्थों बाहर जाते हैं एक चीज समझो कि उन्हां वास्ते एक नवे जमे बच्चे और जिहड़ा जवाक उत्थे बाहर जा रहा दोवां च कोई फर्क नहीं एक चीज़ नूं छड्ड के जवाक जमदा है उन्हूं बोलना तक सिखाया जाता है। जे किसी बाहर दे मुल्क च होया तो उन्हूं डैड मॉम या इंग्लिश सिखाई जाती है और ना कम्यूनीकेट इंग्लिश किया जाता तो वह इंग्लिश सीख जाता है। अपने पिंडां दे विच ठेठ पंजाबी च गल हुंदी है वह ठेठ पंजाबी सीख जाता है। शहरां दे विच हिंदी या पंजाबी च गल हुंदी है वह लैंग्वेज सीख जाता है। उत्थे जा करके जदों इत्थों जवाक बाहर जाता है मैं दस्सिया कि एक चीज़ का डिफरेंस है बाकी दोवां च कोई फर्क नहीं। नवे जवाक जमे और बच्चा उत्थे गए उत्थे पहुँच के जिहड़े बंदे तुहानू पिक करदे आ या जो तुसी सिखदे हो समाजिक तुसी उदां ही बनना शुरू कर देंदे हो। तुहाडे कोल इक्को चीज़ हुंदी है लैंगुएज कि तुहानू लैंगुएज आउंदी है बट जमदे बच्चे नू लैंगुएज नहीं आउंदी। तौर तरीके जिदां दे देखे जाते उदां दे तौर तरीके अडैप्ट हो जाते हैं। बहुत लोगों के संस्कार बहुत वधिया होंदे कि वह अपन कमिटमेंट्स तो टस तो मस नहीं होंगे। अदरवाइज सिचुएशन एंड हालातों के नाल प्रायोरिटीज चेंज होंदिया रहिंदिया ने। जिहड़ा बंदा उत्थे तुहाडे नाल बैठा है तुहाडा सलाहकार कौन है तुसी किहदे नाल अपनी शेयरिंग कर रहे हो तुहानूं की एडवाइस दे रहा है तुसी उदां ही सोचना चालू कर देंदे हो। तुहानूं जिहड़ा बंदा तुहाडे दिमाग जिहदे बीज बो रहा है तुहानू उदां ही नज़र आना शुरू हो जाता है। तुहानू कोई उत्थे कहना शुरू कर दे मुंडे हुंदे ही इदां दे है छड्ड परां कि भी की लैना देना तू अपनी लाइफ बन्ने कॉन्सनट्रेट कर दस ये कोई विआह दी उम्र सी इन्होंने तो तैनू यूज किया इदां किया उदां किया जिदा ही पल्यूट किया जाएगा दिमाग नू एंड उरे बाद चो मुंडे वालों कोई भी चीज़ कोई थोड़ा जिहा गुस्सा भी होएगा उत्थे कुड़ी दे सारे डॉट कनैक्ट हो जांदे है कि हाँ मैनू मेरी फ्रेंड ने आ चीज़ कही सी एक्चुअल च रियलिटी है। फिर उत्थे उहदा रिएक्शन आना शुरू होता है। यही ह्यूमन ब्रेन है। एडवाइजर्स तुहाडा आला दुआला साफ सुथरा होना चाहिए। जिहड़ा बंदा तुहानू तुहाडे पार्टनर के प्रति पल्यूट करन की कोशिश करता तुहानू उत्थे ही रोकना चाहिए कि मैं नहीं सुन सकता या सुन सकती। दूजा अलड़ उम्र 21 साल की कुड़ी तो 24 साल का मुंडा या 2000 का कुड़ी का बर्थ है सो 21 साल ही हो गए और 24 साल का मुंडा मतलब पहली तो कि मैरिज की एज सी चलो हो गया मैरिज घरद्या रजामंदी ना मैरिज हुई चा मलार होंगे कला कला मुंडा सी कि चलो जी मुंडा विआह दिए भैणा दे भी अपने कह लो चा मलार होंगे। लैक ऑफ मच्योरिटी घरद्या की इंटरफेरेंस बहुत घट कि जी बच्चों नू फ्रीडम जदों उत्थे जाके फ्रीडम मिलती है वह फिर अपने डिसीजनस आप लेंदे है और डिसीजनस माँ प्या का पैरा क्यों जरूरी होंगे इस करके जरूरी होंगे कि बच्चों नू ठीक राय पाया जा सके। अनफॉर्चुनेटली साढ़े समाज आज जिन्ने वकील जिन्ने कंसल्टेंट है हर कोई बंदा अपना प्रोफेशन दे अकॉर्डिंग ही सलाह देता है। कोई भी तुहानू मैरिजिज नू बचाण वाले बन्ने सिवाय कुछ सरकारी अदारियां तो या कुछ मैरिज काउंसलर्स तो इलावा कोई भी होर नहीं तुहानू सलाह दिंदा जे दिंदा होगा शायद मैनू पता नहीं। इह लवप्रीत वाला केस ना हुंदा जेकर उत्थे बेअंत दा सपोर्ट सिस्टम चंगा हुंदा उत्थे उहदे सलाहकार उहनू समझाण वाले चंगे हुंदे। इतों मापिया की आपस के बाउंडेशन बहुत वधिया होंगी कि इतों आम तौर पर असं देखते हैं कि कुड़ी चल गई मुंडा चला गया पिछों आपस मिलनो वर्तना भी घटा देंगे। जरा कि कहें ना विआह जरा होंगे वो दो परिवारों का मेल है कल्ले दो जिया का नहीं। इस करके पुराने समय जो कुड़ी विआह जाते या मुंडा विआह जाते तो घर बार देखा जाता सी सारी पुछ पड़ताल की जाती सी। इस केस तो बाद मेरे को बहुत सारे केसिस है जिन्हें मैं डिस्कस भी कराँगा। सो इमेच्योरिटी सब तो वड्डा रीज़न रहा वो कुड़ी की इमेच्योरिटी मुंडे की इमेच्योरिटी की स्ट्रैस और अपने आप नूं लुटिया फील करना संभाल नहीं पाया हैंडल नहीं कर पाया वो चीज़। कुड़ी की इमेच्योरिटी जदों घर वाले ने कहा कि अज मेरे को होर कोई रस्ता नहीं अपने आप को खत्म कर दो सवाए तो अगों थम्सअप भेजा वो इमेच्योरिटी सलाहकार कि छड़ कर नू स्ट्रेस लेता है ब्लॉक कर दे
जदों बंदा लुट्टिया फील करदा फिर इदां दे स्टैप्स लिते जांदे। क्वेश्चन इत्थे आंदा, रीजनस नूं वी हुण आपां दो मिनट छड्ड दईए। क्वेश्चन इत्थे आंदा की चीज़ सी कि भी बेअंत ने लवप्रीत दिया एप्लीकेशन ही अप्लाई नहीं कीती। कोई जिन्ना मर्जी चीका मारी चले, लॉकडाउन सी, आ सी, ओ सी, इत्थे इदां हुंदा ही, इत्थे हुंदा। मैं भी बाहर दे मुल्कां च रहा, मेरे बाप ने करजा चक के मैनू बाहर भेजिया सी, और दो साल सवेरे 5 बजे तो लैके राती 11 बजे तक काम किए हुए है। सैटरडे संडे भी काम किए हुए है। हफ्ते च एक दिन घरे गल करता सी, उदो करता 2-3 मिनट सी। रोज़ जे गल नहीं होंदी कोई प्रॉब्लम नहीं, बट जिन्नी देर भी गल होंदी है कि वह क्वालिटी गल होंदी है कि इधर उधर दियां गल्लां होंदी। रिश्ते जिहड़े आ ना वह बहुत सौखे आज की डेट च बनाने, निभाने लई जान लगती और जिंदगियां लगती है, और ये जिंदगी मुंडे की गई है रिश्ता निभाने च गई है। कनेडा तो एक कह लो एपीसोड बन गया, कनेडा तो एक एपीसोड बन गया, या हर बन्ने कनेडा 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 गल हो रही है, बट घरे जा करके जो अखा खुलियां वो तुहाडे नाल अपना कह लो कि जो अंदर भरिया पिया एंड उरे बाद चो जो जो होया वो तुहाडे नाल शेयर कर रहा। कोई मकसद नहीं, कोई प्रमोशन नहीं, सिर्फ और सिर्फ एक चीज़ जी 2009 तो लै करके 21 तक वीडियोज़ बना रहा कि रिश्ते उपरों बन के आते हैं। असी इत्थे अपनी चलाकियां दे नाल, स्मार्टनेस दे नाल उन्हां नूं अब्यूज करन दी कोशिश करते हैं, तो फिर उरे रिजल्ट भी सानू आप नूं भुगतने पैने। बट इस केस दे विच इदां दा कोई चीज़ नहीं सी, ये उत्थे घरे जाके जमीनी असलीयत तो पता लगा। मैं 12 तरीक नूं उन्हां दे घरे सी, 13 तरीक नूं एक फोटो वायरल हो गई बेअंत दी किसी मुंडे दे नाल। उत्थों काफ़ी बंदियां दा कैनेडा तो कॉल आया, असी इह कुड़ी नूं इत्थे देखिया वे इस मुंडे दे नाल। दैट मीनस कुड़ी दा उत्थे किसी दे नाल लिविंग च रह रही सी, अफेयर सी कि नॉर्मल फ्रेंड सी, ये तो कुड़ी अपने मूँह ही दस सकती है, या और घर दे दस, शायद घर दे भी नहीं दस पाएंगी क्योंकि कुड़ी ने नहीं दस्या होना। जे सीगा मैरिड है तो मुंडे दे नाल 10 दिन रह के गई, उत्थे जा करके अफेयर हो गया, ठीक है, बच्चे गलतियां कर दे कीती हो सकती है, बट उस चक्कर दे विच अज डॉट कनैक्ट हो रहा, उस चक्कर दे विच इत्थे अपने पहले हसबेंड नूं इग्नोर करना भी गलत है। तुहाडा कितें होर हो गया कोई प्रॉब्लम नहीं, कम्युनिकेट कर दो, दस दो, अगला बंदा अपना किनारा कर ले। आप लिंगर ऑन करते हैं अपने रिश्तिया दे विच, कोई नहीं टाइम आ लैन दो कर लेंगे, कोई नहीं टाइम आ लैन दो कर देंगे, वो फिर ब्लास्ट होंदा है। वर्सिस तुहाडी अज प्रायोरिटी चेंज होगी, तकलीफ बहुत जोर लगता है, अंदरों बहुत जोर लगता है, बट वो 5 मिनट 5 घंटे या 5 दिन का मैं कहूँगा कलेश होएगा, सारी जिंदगी का सुख होएगा। वर्सिस तुसीं उन्हूं ड्रैग करते रहो करते रहो करते रहो, वो इदां दा डैमेज होएगा कि दो परिवार, पूरा संसार, पूरा पिंड, पूरा जिला इस चीज़ ना इफेक्ट होएगा। लवप्रीत दा केस एक एग्जाम्पल है। अज हर बंदा कह रहा है कुड़ी नूं डिपोर्ट किया जाना चाहिए, मुंडे नूं इंसाफ चाहिए। सो मैं उन्होंने भी दस्या सी डेपोटेशन किदां हो सकती है, एक स्पाउस दे की राइट्स है, एंड स्पाउस कहते कि डिपेंडेंट वीजा किनू कहें, मैं सारी चीज़ बारे दसागा। 17 अगस्त 2019 जदों बेअंत कौर बाजवा इंडिया तो वापस कैनेडा एंटर की सी, उरे हालात बदल गए सी, चेंज ऑफ सर्कमस्टांसिस, हुण इह टैक्नीकल पॉइंट है, चेंज ऑफ सर्कमस्टांसिस कि अज कनेडियन एम्बेसी ये कहती है कि तुहाडे हालातां च जदों भी चेंज होया तुहाडी जिम्मेवारी बनती है सानू इनफॉर्म करना। जदों तुसी बॉर्डर ते उत्थे पहुंचे ते तुसी जे गल कहोगे कि ओके जी आई वॉज सिंगल, आई वेंट टू इंडिया, नाउ आई एम रिटर्निंग बैक बिकॉज आई एम अ स्टूडेंट हेयर, हेयर इज माई मैरिज सर्टिफिकेट, आई गॉट मैरिड, कैन यू प्लीज अपडेट इन योर रिकॉर्ड्स, यू विल अपडेट इट। और दूजा रस्ता तुसी वेब फॉर्म रेज कर सकते हो अपने GC की पोर्टल ते जा करके। तीसरा तुसी सिंपल एक ईमेल भी पा सकते हो कि मेरा आ स्टेटस चेंज होया है,
बेअंत कौर ने मैनू नहीं पता वो रिकॉर्ड अप्लाई किए निकल आएंगे कि दसिया या नहीं दसिया। जे नहीं दसिया तो यह सब तो वड्डा एक मिस रिप्रजेंटेशन है। दूजा मौका सीगा उरे को 2020 दे कोर्स कंप्लीट होया अगस्त 2020 उन्हें अपने वर्क परमिट लिए अप्लाई किया और 3 साल का वर्क परमिट मिल गया 2023 तक। जब उन्हें अपने वर्क परमिट की एप्लीकेशन लाई और उन्हें सिंगल लिखिया कि मैरिड लिखिया जेते उन्हें उत्थे उन्हें मैरिड लिखिया दैट मीनस मिस रिप्रजेंटेशन नहीं है क्योंकि उन्हें उत्थे सच्चाई दसी कि मैं सिंगल नहीं मैं मैरिड हाँ और यह इंटेंशन उदों तक भी ठीक सी। वीज़ा लग के आ गया हुण जे उन्हें लिखा होया कि जी मैं सिंगल हाँ तो वह मिस रिप्रजेंटेशन। एक सिंपल ईमेल टू द कनेडियन इमीग्रेशन ऑफिस विल कैंसल हर वीज़ा विदाउट एनी डाउट। कुछ करन दी लोड़ नहीं उरे घरे अपने आप उरे जी सी की पोर्टल ते चिट्ठी अपडेट हुई नहीं है कि तुहाडा वीज़ा स्टेटस कैंसल है तुहाडे को 30 दिन का टाइम है तुसी एरी एक्सप्लेनेशन दिओ तुसी ये झूठ क्यों बोलिया। और जे एक्सप्लेनेशन नहीं दे पाएगी उन्हें ऑटोमैटिकली एक्सक्लूजन ऑर्डर इशू हो जाएगा उन्हें कंट्री छड़नी ही पाएगी और उत्ते कोई भी माफ़ी नहीं है एंड 5 ईयर्स और बैन लगेगा। तीसरा ते लास्ट जे कुड़ी ठीक है और ये इंटेंशन उदो ठीक सी गया एंड उन्हें उत्ते मैरिड ही भरिया अज और को वीज़ा 2023 तक का है 2023 तक का जेकर और को वीज़ा है और इंडिया च यह प्रूव हो जाता कि कुड़ी करके जिम्मेवार है कुड़ी करके मुंडे ने सुसाइड किया इत्थे पुलिस परचा दे देंदी है FIR च कुड़ी का नाम आ जाता कि बेअंत कौर बाजवा दे उत्ते FIR है। वो FIR की कॉपी CIC नू भेज करके जिहड़ी अरी अगे वीज़ा एक्सटेंशन होनी है 2023 तो बाद वह रुक जाएगी वह कभी भी नहीं होएगी। सो विच मीनस कि भी वह इत्थे वॉन्टेड है इंडिया दे विच उन्हें PCC नहीं मिलेगी वर्क परमिट तो बाद अगे कोई भी नवी एप्लीकेशन लाएंगे वो अगे एक्सटेंड नहीं होएगी। इस तो इलावा चौथा टेक्निकल एंड लॉ पॉइंट कोई नहीं है जिहदे बेसिस दे उत्ते वो डिपोर्ट हो सके क्योंकि हजे तक जदों तक असी उत्थे करे सीगे 12 जुलाई तक कोई भी FIR दर्ज नहीं सी हुई। सो FIR जे दर्ज सो 3 पॉइंट मैं दसे एक जदों एंटर कीती दूजा जदों ने अपनी वर्क परमिट की एप्लीकेशन लाई तीसरा FIR चौथा होर कोई राह नहीं कि भी जिहड़े बेसिस ते कुड़ी वापस आ सके। दैन मेरी एडवाइस सीगा वो कहिंदे कुड़ी ने USA का वीज़ा भी उत्थे लिता USA वीज़े की कॉपी कि कल कनेडा तो भज के कितने USA ना चली जाए। यदि ये सिंपल जी चीज़ है जे इतने पुलिस FIR दर्ज करती है तुसी नाल दे नाल इनफॉर्म कर सकते हो US बॉर्डर एजेंसी नू जदों ये US दे बॉर्डर ते जाणगे वीज़ा इन्हां दा कैंसल हो जाएगा दैट्स बाय डिफॉल्ट। एक होर सीगा कि जेकर जदों USA दी एप्लीकेशन इन्हां ने लाई वो एप्लीकेशन च कुड़ी ने मैरिड दस्या अपने आप नू कि सिंगल दस्या जे मैरिड दस्या तो ठीक है FIR की कॉपी जेकर मैरिड नहीं सिंगल दस्या और उस टाइम तो मैरिड सी तद भी जरा वै और वीज़ा USA का भी कैंसल हो सकता है। एरे तो इलावा असी जो मर्जी कही चलीए टेक्निकल लॉ पॉइंट कोई नहीं। निचोड़ इस पूरी दी पूरी स्टोरी का यह है कि इंटेंशन नीता साफ होनिया चाहिए है एवं थोड़ी साढ़े सियाने कहते हैं नीता नू मुरादा। अल्लड़पुने दे विच अपनी इमैच्योरिटी दे विच उन्हें अपने हसबेंड दे नाल जो भी किया वह किया उन्हें इग्नोर किया और यह चीज़ों नू लाइटली लिता आले दुआले करके जरा ब्रेन वॉश होया पूरा ही ये सारिया का नतीजा है। कोई होर लापरीत ना बन पाए मैं तुहाडा अपना भरा बन के तुहाडे नाल खड़ा कोई पैसे नहीं कोई भी फीस नहीं कुछ नहीं चाहिए। सोसाइटी ने तुसी सारिया ने बहुत कुछ दिता एंड मेरा ख्याल है यही टाइम है तुहानू सारिया नू वापस करन दा कि जिन्नी कि नॉलेज मेरे कोल है या जिन्ना कुछ मैं सीखिया तुहाडे लोकां करके सीखिया ते जेकर वापस देन दा समा यही है तो मैं खड़ा
ਤੁਹਾਡੇ ਨਾਲ ਕੋਈ ਇਦਾਂ ਦੀ ਚੀਜ਼ ਹੋਈ ਹੈ ਤੁਸੀਂ ਮੇਰੇ ਵਟਸਐਪ ਨੰਬਰ ਦੇ 9977x5 ਵਟਸਐਪ ਦੇ ਮੈਨੂੰ ਆਪਣੀਆਂ ਫੋਟੋਗ੍ਰਾਫਸ ਆਪਣੀ ਡੀਟੇਲ ਸਟੋਰੀ ਡੀਟੇਲ ਮੈਸੇਜ ਲਿਖ ਕੇ ਭੇਜ ਸਕਦੇ ਹੋ ਮੇਰੇ ਕੋਲ ਜਿੰਨਾ ਵੀ ਹੋ ਪਾਏਗਾ ਜਿੰਨੀ ਕੁ ਪਰਮਾਤਮਾ ਨੇ ਸਮਰੱਥਾ ਜਿੰਨਾ ਕੁ ਪਰਮਾਤਮਾ ਨੇ ਅਕਲ ਸਮਤ ਬਖਸ਼ੀ ਹੈ ਪੂਰੇ ਹਿਸਾਬ ਦੇ ਨਾਲ ਵੱਧ ਚੜ੍ਹ ਕੇ ਤੁਹਾਡੇ ਲਈ ਕੰਮ ਕਰਾਂਗਾ ਕਿ ਤਾਂ ਜੋ ਤੁਹਾਨੂੰ ਤੁਹਾਡੀ ਡੈਸਟੀਨੇਸ਼ਨ ਤੁਹਾਨੂੰ ਤੁਹਾਡਾ ਬਣਦਾ ਹੱਕ ਤੁਹਾਨੂੰ ਤੁਹਾਡਾ ਬਣਦਾ ਇਨਸਾਫ ਜ਼ਰੂਰ ਮਿਲ ਸਕੇ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਉਹਦੇ 'ਚ ਮੀਡੀਆ ਆਪਣਾ ਪ੍ਰਸ਼ਾਸਨ ਸਾਰਿਆਂ ਦੇ ਸਪੋਰਟ ਦੀ ਲੋੜ ਹੈ ਸਾਰੇ ਨਾਲ ਖੜੇ ਹੈ ਇਸ ਚੀਜ਼ ਨੂੰ ਲੈ ਕੇ ਕਿ ਕੋਈ ਵੀ ਇੱਦਾਂ ਦੀ ਕੇਸ ਹੁੰਦੀ ਹੈ ਟੈਕਨੀਕਲ ਚੀਜ਼ ਦੱਸੋ ਕਿ ਵੀ ਜਿਹਦੇ ਨਾਲ ਕਿਸੇ ਨੂੰ ਇਨਸਾਫ ਮਿਲ ਸਕੇ